ਹਾਲੇਲੂਇਆ ਸਭ ਲਈ ਹਾਲੇਲੂਇਆ ਸੁਤਵਾਰ ਫਿਰ ਤੁਹਾਨੂੰ ਸਭ ਨੂੰ ਸਾਡੇ ਵੱਲੋਂ ਪਿਆਰ ਭਰੀ ਜੈਨ ਸ੍ਰੀ ਪ੍ਰੇਜ਼ ਦ ਲਾਰਡ ਸੋ ਖੁਦਾ ਤੁਹਾਨੂੰ ਸਭ ਨੂੰ ਆਸ਼ੀਸ ਤੇ ਬਰਕਤ ਦੇਵੇ ਸਿਕਵਰ ਫੇ ਸ਼ਿਫਾ ਚਰਚ ਮਿਨਿਸਟਰੀ ਸੰਡੇ ਆਨਲਾਈਨ ਵੇ ਮੀਟਿੰਗ ਲੈ ਕੇ ਫੇਸਬੁੱਕ ਲਾਈਵ ਦੇ ਜ਼ਰੀਏ ਪਰਮੇਸ਼ਰ ਦੇ ਪਵਿੱਤਰ ਭਵਨ ਤੋਂ ਤੁਹਾਡੇ ਸਭ ਦੇ ਰੂਬ ਰੂਗਾ ਸੋ ਜਿੰਨੇ ਵੀ ਤੁਸੀਂ ਫੇਸਬੁੱਕ ਲਾਈਵ ਨਾਲ ਇਸ ਸਮੇਂ ਜੁੜ ਚੁੱਕੇ ਹੋ ਜਿੰਨੇ ਜੁੜਨ ਜਾ ਰਹੇ ਹੋ ਅਸੀਂ ਤੁਹਾਡਾ ਸਭ ਦਾ ਯਿਸੂ ਮਸੀਹ ਦੇ ਜ਼ਿੰਦਾ ਤੇ ਸਮਰਥੀ ਨਾਮ ਦੇ ਵਿੱਚ ਇਸ ਸੰਡੇ ਆਨਲਾਈਨ ਪ੍ਰੇਅਰ ਮੀਟਿੰਗ ਦੇ ਵਿੱਚ ਤੁਹਾਡਾ ਅਸੀਂ ਸਵਾਗਤ ਕਰਦੇ ਹਾਂ ਵੈਲਕਮ ਕਰਦੇ ਹਾਂ ਸੋ ਖੁਦਾ ਤੁਹਾਨੂੰ ਸਭ ਨੂੰ ਅੱਜ ਇਸ ਸੁੰਦਰ ਦਿਨ ਦੇ ਵਿੱਚ ਸੁੰਦਰ ਸਮੇਂ ਦੇ ਵਿੱਚ ਬਹੁਤ ਸਾਰੀ ਆਸ਼ੀਸ਼ ਤੇ ਬਰਕਤ ਦੇਵੇ ਸੋ ਖੁਦਾ ਦੇ ਵਚਨ ਚ ਲਿਖਿਆ ਜਦੋਂ ਅਸੀਂ ਜ਼ਬੂਰ 136 ਦੇ ਆਏ ਪੜ੍ਹਦੇ ਹਾਂ ਉੱਥੇ ਲਿਖਿਆ ਕਿ ਯਹੋਵਾ ਦਾ ਧੰਨਵਾਦ ਕਰੋ ਕਿਉਂ ਜੋ ਉਹ ਭਲਾ ਹੈ ਉਹਦੀ ਦਇਆ ਸਦਾ ਦੀ ਹੈ ਪ੍ਰਭੂਆਂ ਦੇ ਪ੍ਰਭੂ ਦਾ ਧੰਨਵਾਦ ਕਰੋ ਕਿਉਂ ਜੋ ਉਹਦੀ ਦਇਆ ਸਦਾ ਦੀ ਆ ਬੋਲੀਆ ਹਾਲੇਲੂਇਆ ਸੋ ਅਸੀਂ ਜਿਸ ਪਰਮੇਸ਼ਰ ਦੀ ਦੇ ਵਿੱਚ ਇਸ ਸੰਡੇ ਆਨਲਾਈਨ ਪ੍ਰੇਅਰ ਮੀਟਿੰਗ ਦੇ ਨਾਲ ਜੁੜ ਜਾਵਾਂਗੇ ਮੈਂ ਚਾਹੁੰਦਾ ਤੁਸੀਂ ਆਪਣੇ ਪਰਿਵਾਰ ਸਮੇਤ ਆਪਣੇ ਘਰਾਨੇ ਸਮੇਤ ਆਪਣੇ ਬੱਚਿਆਂ ਸਮੇਤ ਆਪਣੇ ਆਪਣੇ ਫੋਨਾਂ ਦੇ ਦੁਆਰਾ ਆਪਣੇ ਆਪਣੇ ਲੈਪਟਾਪ ਦੇ ਦੁਆਰਾ ਖੁਦਾ ਦੀ ਹਜ਼ੂਰੀ ਦੇ ਵਿੱਚ ਆ ਜਾਈਏ ਤਾਂ ਕਿ ਅਸੀਂ ਮਿਲ ਕੇ ਪਰਮੇਸ਼ਰ ਦੇ ਨਾਮ ਦੀ ਮਹਿਮਾ ਕਰ ਸਕੀਏ ਉਹਦੀ ਆਰਾਧਨਾ ਕਰ ਸਕੀਏ ਉਹਦੇ ਨਾਮ ਨੂੰ ਸਿਮਰਨ ਕਰ ਸਕੀਏ ਬੋਲੀਆ ਹਾਲੇਲੂਇਆ ਕਿਉਂਕਿ ਉਸ ਪਰਮੇਸ਼ਰ ਨੇ ਸਾਨੂੰ ਛੁਟਕਾਰਾ ਦਿੱਤਾ ਹੈ ਉਹਨੇ ਸਾਨੂੰ ਆਜ਼ਾਦ ਕੀਤਾ ਹੈ ਉਹਨੇ ਸਾਨੂੰ ਪਤਾਲ ਚੋਂ ਚੁੱਕੇ ਪਤਵੰਤਾਂ ਦੇ ਵਿੱਚ ਬਿਠਾਇਆ ਆ ਅਤੇ ਅਸੀਂ ਉਹਦੇ ਨਾਮ ਨੂੰ ਉੱਚਾ ਕਰਾਂਗੇ ਬੋਲੀਆ ਹਾਲੇਲੂਇਆ ਸੋ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਾਂਗੇ ਲਾਈਕ ਕਰਾਂਗੇ ਕਮੈਂਟ ਕਰਾਂਗੇ ਅਤੇ ਬਹੁਤ ਸਾਰੇ ਭੈਣ ਭਾਈ ਅੱਜ ਇਸ ਆਨਲਾਈਨ ਪੇਮੈਂਟ ਨਾਲ ਜੁੜ ਕੇ ਸਾਡੇ ਨਾਲ ਮਿਲ ਕੇ ਖੁਦਾ ਦੀ ਆਰਾਧਨਾ ਕਰ ਸਕਣ ਉਹਦੀ ਮਹਿਮਾ ਕਰ ਸਕਣ ਅਤੇ ਖੁਦਾ ਦੇ ਦਾਸ ਦੁਆਰਾ ਪਰਮੇਸ਼ਰ ਦੇ ਵਚਨਾਂ ਨੂੰ ਸੁਣ ਕੇ ਅੱਜ ਆਪਣੇ ਜੀਵਨ ਦੇ ਵਿੱਚ ਆਸ਼ੀਸ਼ ਤੇ ਬਰਕਤ ਪਾ ਸਕਣ ਬੋਲੀਆ ਹਾਲੇਲੂਇਆ ਸਭ ਬੋਲੀਆ ਹਾਲੇਲੂਇਆ ਆਈਏ ਖੁਦਾ ਦੀ ਹਜ਼ੂਰੀ ਵਿੱਚ ਆ ਜਾਵਾਂਗੇ ਅਸੀਂ ਪਰਮੇਸ਼ਰ ਦੀ ਮਹਿਮਾ ਕਰਾਂਗੇ ਮੈਂ ਚਾਹੁੰਦਾ ਜਦੋਂ ਅਸੀਂ ਪਰਮੇਸ਼ਰ ਦੀ ਮਹਿਮਾ ਕਰੀਏ ਉਹਦੀ ਮਹਿਮਾ ਚ ਗਾਈਏ ਤੇ ਉਸ ਸਮੇਂ ਤੁਸੀਂ ਸਭ ਤਾਲੀ ਵਜਾ ਕੇ ਆਪਣੇ ਆਪਣੇ ਘਰਾਂ ਵਿੱਚ ਬੈਠ ਕੇ ਖੁਦਾ ਦੇ ਨਾਮ ਨੂੰ ਜ਼ਲਾਲ ਦੇ ਸਕਦੇ ਹੋ ਬੋਲੀਆ ਹਾਲੇਲੂਇਆ ਆਈਏ ਅਸੀਂ ਖੁਦਾ ਦੀ ਹਜ਼ੂਰੀ ਵਿੱਚ ਆਵਾਂਗੇ ਪਰਮੇਸ਼ਰ ਦੀ ਮਹਿਮਾ ਚ ਭਜਨ ਗਾਵਾਂਗੇ ਹਾਲੇਲੂਇਆ ਕਿਉਂਕਿ ਪ੍ਰਭੂ ਦੇ ਵਚਨ ਚ ਲਿਖਿਆ ਪ੍ਰਭੂ ਨੇ ਇਹ ਸਾਰੀ ਸ੍ਰਿਸ਼ਟੀ ਨੂੰ ਰਚਿਆ ਹਾਲੇਲੂਇਆ ਔਰ ਜੋ ਵਲੇਰੀਆ ਤੂਫਾਨ ਉਹ ਵੀ ਉਹਦੇ ਹੁਕਮਾਂ ਨੂੰ ਮੰਨਦੀਆਂ ਨੇ ਹਾਲੇਲੂਇਆ ਹਾਲੇਲੂਇਆ ਪ੍ਰਭੂ ਦੀ ਮਹਿਮਾ ਤੇ ਅਸੀਂ ਮਿਲ ਕੇ ਗਾਵਾਂਗੇ ਹਨੇਰੀਆਂ ਜਿਹਦੇ ਹੁਕਮ ਨੂੰ ਮੰਨੇ ਦੀਆਂ ਨੇ ਸਾਗਰ ਜਿਹਦੇ ਹੁਕਮ ਨੂੰ ਮੰਨੇ ਸਤਿ ਸ਼੍ਰੀ ਅਕਾਲ।
हालेलुया सबलिया हालेलुया सबलिया हालेलुया मैं चाहना सब खुदा की जोरी च रहिए अपने आप खुदा के वचन लिए भी तैयार करा खुदा की आराधना करने भी तैयार करा होर परमेश्वर की महिमा करा इसे तरह साढ़े नाल मिलके परमेश्वर की वडियाई करिए खुदा दी परमेश्वर के नाम उच्चा करिए बोलिया हालेलुया आइए असि होर प्रभु की महिमा च गावां आइए हम परमेश्वर की महिमा में एक सॉन्ग गाएंगे ताकि परमेश्वर के नाम को महिमा मिले हालेलुया हालेलुया जद कोई सड़ता होवे जद कोई डूबता होवे 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 Hey!
Yeah.
ਦੀ ਦੂਰੀ ਤੇ ਬਣੇ ਰਹਾਂਗੇ ਅਸੀਂ ਖੁਦਾ ਦੀ ਹੋਰ ਵਰਸ਼ਿਪ ਵਿੱਚ ਆਵਾਂਗੇ ਉਹਦੀ ਆਰਾਧਨਾ ਵਿੱਚ ਆਵਾਂਗੇ ਖੁਦਾ ਦੇ ਨਾਮ ਨੂੰ ਸਿੱਚਾ ਕਰਾਂਗੇ ਖੁਦਾ ਦੇ ਨਾਮ ਨੂੰ ਅਸੀਂ ਜਲਾਲ ਦਵਾਂਗੇ ਆਈ ਇਸੇ ਤਰ੍ਹਾਂ ਖੁਦਾ ਦੀ ਦੂਰੀ ਚ ਬਣੇ ਰਹੀਏ ਤਾਂ ਅਸੀਂ ਖੁਦਾ ਦੇ ਨਾਮ ਨੂੰ ਹੋਰ ਆਰਾਧਨਾ ਦੇ ਸਕੀਏ ਉਹਦੇ ਨਾਮ ਨੂੰ ਹੋਰ ਜਲਾਲ ਦੇ ਸਕੀਏ ਉਹਦੇ ਨਾਮ ਨੂੰ ਅਸੀਂ ਹੋਰ ਮਹਿਮਾ ਦੇ ਸਕੀਏ ਕਿਉਂਕਿ ਉਹ ਹੀ ਸਾਰੀ ਮਹਿਮਾ ਦੇ ਯੋਗੇ ਆ ਹਾਲੇਲੂਇਆ 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 जितने भी हमारे साथ ऑनलाइन में चाहे वो हमारी क्लीसिया है चाहे जो पहली बार हमको देख रहे हैं इस वर्शिप को सुन रहे हैं वो यीशु के कदमों में आ जाए वो रीता था खाना बाबा क्योंकि हम जानते हैं कि जब हम उसकी आराधना करते हैं तो हमारे बंधन टूटते हैं जब हम उसकी आराधना करते हैं तो हम बीमारियों से शिफा पाते हैं जब हम उसकी आराधना करते हैं तो हम अंधेरे से चानन में आ जाते हैं वो हमारी रोशनी बन जाता है क्योंकि जब कोई भी हमारा साथ नहीं देता तो खुदावंत खुदा यीशु मसीह हमारा साथ देता क्योंकि ये बात हमने अपनी जिंदगी में देखी है कि हमने सारा जहां ढूंढ कर देख लिया सबके पास जाकर देख लिया सबके आगे प्रयास कर देख लिया पर मेरे यीशु जैसा कोई नहीं क्योंकि वो कहता है कि एक माँ अपने बच्चे को भूल सकती है पर मैं तुझे नहीं भूल सकता जितने जानते हैं कि मेरा यीशु मेरे साथ है जितने जानते हैं कि जब मैं तकलीफ में थी मैं बीमार थी मेरे को कोई रास्ता नहीं मिल रहा था तो मेरे यीशु ने मुझे सहारा दिया आज जितने भी टूटे दिल के साथ इस वर्शिप में आएंगे खुदा का रूप बता रहा कि सचमुच आज वो नई जिंदगी नई शिफा पाकर जाएंगे और इसका खाना ना क्योंकि हम किसी इंसान के पास नहीं जो राजाओं का राजा है प्रभुओं का प्रभु है और जिसके नाम में छुटकारा है जिसके नाम में जीवन है जिसके नाम में चंगाई है उसके पास आए हैं और जो उसके पास आता है वो कभी खाली वापस नहीं जाता बाबा टूटे दिल से रोज जितने भी भाई बहन जो भी परेशान है जो भी अपने घरों में बैठे देख रहे हैं अपने घुटनों के बारा को इस आराधना को हमारे साथ करिए कि सचमुच यीशु मैंने सारा जहां ढूंढ लिया पर तेरे जैसा कोई नहीं मिला जिसने मुझे जिंदगी दी ओ थैंक यू जीसस वर्शिप में जाए आंखों को बंद को ही सखा ला रहा बाबा मैंने ढूंढा ये सारा जहां तेरे जैसा ना कोई मिला मैंने ढूंढा ये सारा यहाँ तेरे जैसा ना कोई मिला मैंने ढूंढा ये सारा जहाँ तेरे जैसा
के पास नहीं बल्कि मैं तेरे पास आया हूँ।
के आगे दुआई बहुत दी अपने बचन के अपने काम करने जा रहा है दुनिया के आगे दुआई बहुत दी आंसू के बिना मिला मुझको कुछ भी दुनिया के आगे दुआई बहुत दी आंसू के बिना मिला मुझको कुछ भी जुरी चाहे गाइए हमारी जुरी महसूस कर जाए कोई भी दूजा परमेश्वर नहीं प्रभु जो सानू गले लगांदा प्रभु पर वचन च लिखिया तुसी आख्या मैं ही यहोवा परमेश्वर हां मेरे तो अलावा होर कोई भी दूजा बचाउण वाला नहीं खुदा तुहाडा शुक्रिया करदे स्तुति करदे तुहाडे नाम सुच्चा करदे तुहाडे नाम असीं जलाल दिंदे पिता इस समय खुदा इन्हां गीतां भजनां लई तुहाडा धन्नवाद अच्छी आराधना लई तुहाडा धन्नवाद पिता जिन्हां ने फेसबुक लाइव होके खुदा स्तुति आराधना की सड़े नाल मिलके उस सब आशीष ते बरकत पान पिता खुदा उन्होंने मन हूं तुहाडे वचन लई तैयार होण पिता उन्होंने मन तुहाडे वचन लई ओपन होने समय पिता तुहाडा दास दाऊद ने भी कह रहा कि मैं परमेश्वर दे वचन अपने मन च जमा कर लिया ता जो दे विरुद्ध मैं कोई पाप ना करा खुदा अज तुहाडे दास सुन खुदा फेसबुक लाइव दे जरिए खुदा तुहाडा सहमति वचन लेके आ रहे ने पिता मैं प्रार्थना कर अपने दास द्वारा एक बार फिर सा गलबात कर पिता अपने दास नु अपने हथा च लै पिता इस वचन इस समय नु अपने हथा च लै पिता खुदा मैं चुना वक्त तो वक्त खुदा अस लोग तुहाडे वचन सुन के अपने जीवन दे विच ज्ञान नु प्राप्त कर सकन अते अपने आप नु तुहाडे लिए रेडी कर सकन क्योंकि तू जीवत अते तू जीवत बदलां ते आउण वाला पिता सारी इज्जत तुहानू दिन्ने पिता सारी महिमा तुहानू दिन्ने इस प्रार्थना इस दुआ नु यीशु मसीह दे नाम विच होके मंगदे फेसबुक लाइव ते बने रहिए खुदा दास कुछ मिनटां दे विच विच
परमेश्वर का सामर्थी वचन लैके हम फेसबुक ते लाइव होंगे। तो असि अपनी अपनी बाइबल अपनी अपनी डायरी अपनी अपनी नोटबुक असि अपने कोल रखनी है ताकि असि खुदा दे वचन सुन के नोट कर सकिए ते अपने मन में जमा कर सकिए। बोलिया हालेलुया। सो तुसी अपनी अपनी भेंटा अपने अपने दसवंध तुसी परमेश्वर के कम्मां लई कर सकते हो तुसी वीर सकते हो तुसी उसनु अलग अपने घर सैपरेट रख सकते हो ताकि खुदा तुहाडे पैसे नु तुहाडे कारोबार नु ब्लैस कर सके। सो शिफा चर्च मिनिस्ट्री कौन नंबर दे विच अगर तुसी कोई भी अपनी भेंट सेंड करना चाहते हो तुसी पा सकते हो ते खुदा दे नाम नु जलाल दे सकते हो। बोलिया हालेलुया। सो खुदा तुहानू आशीष दे बरकत दे सारे नु जय मसीह दी गॉड ब्लेस यू।